ਦੋਸਤੋ ਕੀ ਹਾਲ ਚਾਲ ਹੈ ਅਰਬਨ ਦੇਸੀ ਵਲੌਗਸ ਸੋ ਅੱਜ ਦਾ ਜਿਹੜਾ ਵਲੌਗ ਹੈ ਉਹ ਹੈਗਾ ਕੋਨਸਟੋਗਾ ਕਾਲਜ ਦੇ ਉੱਤੇ ਸੋ ਮੇਰੇ ਨਾਲ ਇੱਥੇ ਤਰਨ ਹੈ ਸਾਹ ਚੜ੍ਹਾਇਆ ਥੋੜ੍ਹਾ ਜਿਹਾ ਇਹਨੂੰ ਵੀ ਚੜ੍ਹਿਆ ਮੈਨੂੰ ਵੀ ਚੜ੍ਹਿਆ ਸੋ ਤੁਹਾਨੂੰ ਆਪਾਂ ਕੋਨਸਟੋਗਾ ਕਾਲਜ ਦਿਖਾਵਾਂਗੇ ਅੱਜ ਅਤੇ ਨਾਲ ਦੀ ਨਾਲ ਥੋੜ੍ਹੇ ਜਿਹੇ ਆਪਾਂ ਰਿਵਿਊਜ਼ ਵੀ ਲਾਵਾਂਗੇ ਸਟੂਡੈਂਟਸ ਦੇ ਕਿੱਦਾਂ ਦਾ ਕਾਲਜ ਹੈ ਅਸਾਈਨਮੈਂਟਸ ਕੋਰਸਿਸ ਸੋ ਜਿਹੜੇ ਕਾਮਨ ਕੁਐਸਚਨਸ ਹੁੰਦੇ ਆ ਤੁਹਾਡੇ ਸਾਰਿਆਂ ਦੇ ਸੋ ਤਰਨ ਕੀ ਹਾਲ ਚਾਲ ਵਧੀਆ ਸਰ ਜੀ ਤੁਸੀਂ ਦੱਸੋ ਵਧੀਆ ਮੈਂ ਕਿਸੇ ਟਾਈਮ 'ਚ ਮੇਰੇ ਪ੍ਰੋਫੈਸਰ ਜੀ ਠੀਕ ਹੈ ਹੁਣ ਮੈਂ ਵੀਰਾ ਕਹਿੰਦਾ ਹੁੰਦਾ ਚੱਲ ਇਹ ਤਾਂ ਕਾਹਨੂੰ ਦੱਸਣਾ ਹੁਣ ਇਹਦਾ ਕਾਹਨੂੰ ਦੱਸਣਾ ਠੀਕ ਹੈ ਪਰ ਬਹੁਤ ਵਧੀਆ ਚੱਲ ਰਿਹਾ ਓਬਵੀਅਸਲੀ ਇੱਕ ਸਾਲ ਆਲਮੋਸਟ ਮੇਰਾ ਕੰਪਲੀਟ ਹੋ ਚੁੱਕਿਆ ਕਾਲਜ ਚੜ੍ਹਨਾ ਅੱਛਾ ਬਹੁਤ ਸਟਰਗਲਿੰਗ ਜਰਨੀ ਰਹੀ ਹੈ ਪਾਰਟ ਟਾਈਮ ਜੋਬ ਲੱਭੋ ਇਹ ਕਰੋ ਫਿਰ ਇੱਥੇ ਭੰਗੜੇ 'ਚ ਆ ਗਏ ਭੰਗੜਾ ਪੂਰਾ ਸ਼ੌਂਕ ਹੈ ਆਪਣਾ ਜਦ ਵੀ ਚੱਲੀ ਆਉਂਦਾ ਤੁਹਾਨੂੰ ਭੰਗੜਾ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਭੰਗੜਾ ਵੀ ਹੋਊਗਾ ਬਾਈ ਥੋੜ੍ਹੀ ਜਿਹੀ ਅੱਗੇ ਜਾ ਕੇ ਬਾਕੀ ਇਹ ਹੈ ਕਿ ਤੁਹਾਨੂੰ ਹੌਲੀ ਹੌਲੀ ਸਾਰਾ ਕਾਲਜ ਦਿਖਾਉਂਦੇ ਹਾਂ ਕਿਵੇਂ ਸਟੂਡੈਂਟ ਦਾ ਐਕਸਪੀਰੀਅੰਸ ਹੈਗਾ ਕਾਲਜ ਦੇ ਪ੍ਰਤੀ ਅਤੇ ਕੁਝ ਵਧੀਆ ਚੀਜ਼ਾਂ ਵੀ ਹੈ ਕੁਝ ਤੁਹਾਨੂੰ ਮਾੜੀਆਂ ਵੀ ਲੱਗਣਗੀਆਂ ਹਰ ਕਾਲਜ ਹੁੰਦੀਆਂ ਬਟ ਇਹ ਹੈ ਕਿ ਸਟੱਡੀ ਪੱਖੋਂ ਠੀਕ ਚੱਲੀ ਆਉਂਦਾ ਫਿਲਹਾਲ ਅਜੇ ਤੱਕ ਤਾਂ ਓਕੇ ਬਾਕੀ ਰੱਬ ਆਸਰੇ ਵਰਕ ਪਰਮਿਟ ਆਊਗਾ ਤਾਂ ਤੁਹਾਨੂੰ ਦੇਖਾਂਗੇ ਕਿੱਦਾਂ ਹੁੰਦਾ ਆਪਣਾ ਪਰ ਫਿਲਹਾਲ ਅਜੇ ਸੈੱਟ ਹੈ ਕੰਮ ਆਪਣਾ ਤੇਰਾ ਤਰਨ ਕੋਰਸ ਕਿਹੜਾ ਸੋ ਮੈਂ ਇਸ ਟਾਈਮ ਆਪਣੀ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਆਈਟੀ ਬਿਜ਼ਨਸ ਅਨਾਲਿਸਿਸ ਓਪਰੇਸ਼ਨਸ ਠੀਕ ਹੈ ਇਟਸ ਬੇਸਿਕਲੀ ਕੋਂਬੀਨੇਸ਼ਨ ਆਫ ਕਿ ਆਈ ਟੀ ਅਤੇ ਬਿਜ਼ਨਸ ਦਾ ਕੋਂਬੀਨੇਸ਼ਨ ਲਾਈਕ ਮੈਨੂੰ ਇੰਨਾ ਕੋਡਿੰਗ ਵਰਚ ਇੰਟਰਸਟ ਨਹੀਂ ਹੈ ਇਸ ਕਰਕੇ ਮੈਨੂੰ ਸੀ ਕਿ ਚਲੋ ਥੋੜ੍ਹਾ ਆਪ ਆਈ ਟੀ ਬਿਜ਼ਨਸ ਐਨਲਿਸਟ ਵੱਲ ਨੂੰ ਜਾਂਦੇ ਹਾਂ ਆਫਟਰ ਬੈਚਲਰਸ ਰਾਈਟ ਆਫਟਰ ਬੈਚਲਰ ਮੈਂ ਆਫਟਰ ਬੈਚਲਰ 2 ਸਾਲ ਜੋਬ ਕਰੀ ਇੰਡੀਆ ਪਹਿਲਾਂ ਐਸ ਏ ਪੀ 'ਚ ਜੋਬ ਕਰਕੇ ਆਇਆ ਅਤੇ ਫਿਰ ਮੇਰਾ ਫਰਦਰ ਪਲਾਨ ਸੀ ਕਿ ਚਲੋ ਠੀਕ ਹੈ ਹੁਣ ਥੋੜ੍ਹਾ ਆਈ ਟੀ ਬਿਜ਼ਨਸ ਐਨਲਿਸਟ ਨੂੰ ਦੇਖਦੇ ਹਾਂ ਥੋੜ੍ਹਾ ਆਪਣਾ ਕਿੱਧਰ ਪ੍ਰੋਫਾਈਲ ਹੁੰਦੀ ਹੈ ਵਧੀਆ ਐਕਸਪੀਰੀਅੰਸ ਹੈ ਕਾਫੀ ਓਬਵੀਅਸਲੀ ਟੈਕਨੀਕਲ ਕੋਰਸਿਸ ਹੈਗੇ ਆ ਇੱਥੇ ਜੋ ਮਰਜ਼ੀ ਹੈ ਇੰਡੀਆ ਤੋਂ ਪਲਾਨ ਕਰਕੇ ਆਇਓ ਬਾਈ ਆਪਣਾ ਕਿਤੇ ਇਹ ਨਾ ਹੋਵੇ ਸੋਚ ਅਦਰ ਕੋਈ ਕੈਨੇਡਾ ਜਾਊਗਾ ਤੇ ਆਪਣਾ ਜਿਹੜਾ ਮਰਜ਼ੀ ਕੋਰਸ ਲੈ ਕੇ ਠੀਕ ਹੈ ਇੰਡੀਆ ਤੋਂ ਪਲਾਨ ਕਰਕੇ ਆਓ ਪ੍ਰੋਪਰਲੀ ਬਹੁਤ ਵਧੀਆ ਅਪੋਰਚੁਨਿਟੀਜ਼ ਹੈਗੀਆਂ ਅਤੇ ਆਪਣਾ ਅੱਗੇ ਨੂੰ ਦੇਖਣ ਜਾਓਗੇ ਓਬਵੀਅਸਲੀ ਤੁਸੀਂ ਕੁਝ ਚੀਜ਼ਾਂ ਮਿਸ ਵੀ ਕਰਦੇ ਹੋ ਇੰਡੀਆ ਬਟ ਟੈਕਨੀਕਲੀ ਜੇ ਫਿਊਚਰ ਸੋਚਿਆ ਜਾਵੇ ਤਾਂ ਇੱਥੇ ਹੈਗਾ ਹੀ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਭਾਈ ਤੁਹਾਨੂੰ ਪ੍ਰੋਗਰਾਮ ਦੇ ਸੋ ਬਾਈ ਇਹ ਸੀਗਾ ਤਰਨ ਮੇਰਾ ਸਟੂਡੈਂਟ ਆ ਰਹੇ ਐਮ ਟੀ ਕਾਲਜ ਦੇ ਵਿੱਚ ਸੋ ਹੁਣ ਆਪਾਂ ਥੋੜ੍ਹਾ ਜਿਹਾ ਤੁਹਾਨੂੰ ਕਾਲਜ ਦਾ ਟੂਰ ਦੈਨ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਭੰਗੜਾ ਮੁੰਡਿਆਂ ਦਾ ਇਹ ਆਪਣਾ ਬੇਸਿਕਲੀ ਹੈਗਾ ਇੱਥੇ ਟੇਬਲ ਟੇਬਲ ਟੈਨਿਸ ਵਗੈਰਾ ਚੱਲਦਾ ਰਹਿੰਦਾ ਹੁੰਦਾ ਆਪਣਾ ਇਹ ਪੂਰਾ ਰੀਕ੍ਰੀਏਸ਼ਨ ਸੈਂਟਰ ਹੈਗਾ ਅੱਛਾ ਇੱਥੇ ਸਟੂਡੈਂਟਸ ਜਦ ਵੀ ਫ੍ਰੀ ਟਾਈਮ ਹੁੰਦੇ ਆ ਆਪਣਾ ਆ ਜਾਂਦੇ ਹੁੰਦੇ ਵੀ ਆਪਣਾ ਟਾਈਮ ਪਾਸ ਕਰਦਾ ਉੱਧਰ ਜਿਮ ਹੈਗਾ ਜਿਮ ਹੋ ਗਿਆ ਉੱਧਰ ਬੇਸਿਕਲੀ ਸਟੂਡੈਂਟਸ ਲਈ ਹੈ ਜਾਂ ਫਿਰ ਤੁਸੀਂ ਪੇ ਕਰਕੇ ਐਂਟਰੀ ਲੈ ਸਕਦੇ ਹੋ ਬਟ ਸਟੂਡੈਂਟਸ ਨੂੰ ਫ੍ਰੀ ਹੈਗਾ ਜਿਮ ਕਿਉਂਕਿ ਉਹਨਾਂ ਦੀ ਫੀਸ ਇੰਕਲੂਡਡ ਹੈਗੀ ਆ ਫਰਦਰ ਤੁਸੀਂ ਇੱਥੇ ਮੂਵ ਕਰੋਗੇ ਇੱਧਰ ਤੁਹਾਨੂੰ ਥੋੜ੍ਹਾ ਵਧੀਆ ਮਾਹੌਲ ਵੀ ਦੇਖਣ ਨੂੰ ਮਿਲੂਗਾ ਠੀਕ ਹੈ ਇਹ ਪੂਰਾ ਦੇਸੀ ਟਰੈਕ ਹੈਗਾ ਅੱਗੇ ਬਾਸਕਟਬਾਲ ਕੋਰਟ ਵਗੈਰਾ ਹੈਗੇ ਆ ਵਨ ਐਂਡ ਓਨਲੀ ਪਿਟਾ ਪਿੱਟ ਸਟੂਡੈਂਟਸ ਹਮੇਸ਼ਾ ਪ੍ਰੈਫਰ ਕਰਦੇ ਆ ਕਿਉਂਕਿ ਓਬਵੀਅਸਲੀ ਜਿਮ ਲਾਉਣ ਤੋਂ ਬਾਅਦ ਹੁੰਦਾ ਕਿ ਬਾਈ ਹੈਲਦੀ ਡਾਈਟ ਖਾਈਏ ਥੋੜ੍ਹੀ ਆਪਾਂ ਜਿੱਦਾਂ ਜਾ ਕੇ ਪਿਟਾ ਪਿੱਟ ਆ ਕੇ ਵੱਜਦੇ ਆ ਬਾਕੀ ਠੀਕ ਹੈ ਤੁਹਾਨੂੰ ਇਸ ਤੋਂ ਬਾਅਦ ਅਸੀਂ ਹੁਣ ਫਰਦਰ ਮੇਨ ਬਿਲਡਿੰਗ ਵਗੈਰਾ 'ਚ ਵੀ ਲੈ ਕੇ ਜਾਵਾਂਗੇ ਅਸੀਂ ਫਿਲਹਾਲ ਭੰਗੜੇ ਪ੍ਰੈਕਟਿਸਾਂ ਤੋਂ ਪਹਿਲਾਂ ਥੋੜ੍ਹਾ ਪ੍ਰਿਪੇਅਰ ਕਰ ਲਈਏ ਆਪਣਾ ਠੀਕ ਹੈ ਜੀ ਓਕੇ ਇਹ ਬੇਸਿਕਲੀ ਸਾਡਾ ਰੂਮ ਹੈਗਾ ਜਿੱਥੇ ਅਸੀਂ ਹਮੇਸ਼ਾ ਪ੍ਰੈਕਟਿਸ ਕਰਦੇ ਹੈਗੇ ਹਰ ਫਰਾਈਡੇ ਆਪਣਾ ਚੱਲਦਾ ਰਹਿੰਦਾ ਇਹ ਮੇਰੀ ਪੂਰੀ ਟੀਮ ਹੈਗੀ ਹੈ ਨਾਲ ਆਪਣਾ ਬਾਈ ਇੱਕ ਵਾਰ ਸਾਰੇ ਖਿੱਚ ਕੇ ਕਿਆ ਬਾਤ ਹੈ ਸਾਰੇ ਆਪਣੇ ਕੁਝ ਨਵੇਂ ਬੰਦੇ ਹੈਗੇ ਇਹਦੇ ਟੀਮ 'ਚ ਆਪਣਾ ਕੁਝ ਆਪਣਾ ਪੁਰਾਣੇ ਵਾਲੇ ਹੈਗੇ ਜਿਹੜੇ ਆਲਰੇਡੀ ਪਰਫਾਰਮ ਕਰਦੇ ਸੀ ਐਕਸਪੀਰੀਅੰਸ ਇਸ ਸਮੈਸਟਰ ਬਹੁਤ ਵਧੀਆ ਰਿਹਾ ਹੈਗਾ ਕਿਉਂਕਿ ਓਬਵੀਅਸਲੀ ਬਹੁਤ ਬੱਚੇ ਜੁੜੇ ਹੈਗੇ ਆ ਸਾਡਾ ਮੇਨ ਫੋਕਸ ਉਹੀ ਰਹਿੰਦਾ ਕਿ ਬਾਈ ਕਿਸੇ ਨੂੰ ਵੀ ਕਲਚਰਲੀ ਦੀ ਬਜਾਏ ਨਾ ਫਿਟਨੈਸ ਦੇ ਮੁਤਾਬਿਕ ਉਹਨੂੰ ਥੋੜ੍ਹਾ ਪ੍ਰਮੋਟ ਕਰੋ ਤਾਂ ਕਿ ਸਟੂਡੈਂਟਸ ਆ ਕੇ ਜੁੜਦੇ ਵੀ ਹੈਗੇ ਉਸ ਚੀਜ਼ ਨਾਲ ਫਰਦਰ ਆਪਣਾ ਅਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਸਾਰੇ ਮਤਲਬ ਅੱਡ ਅੱਡ ਹੋਰ ਡਿਪਲੋਮਾ ਕੋਰਸਿਸ ਨੇ ਸਾਰੇ ਡਿਫਰੈਂਟ ਕੋਰਸਿਸ ਹੈਗੇ ਆ ਬਈ ਕੋਈ ਆਪਣੇ ਕੋਰਸ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਹੋਵੇ ਤਾਂ ਆ ਸਕਦਾ ਹੈ ਕਿਹੜਾ ਟੈਕਨੀਕਲ ਕੋਰਸ ਨੇ ਉਹਨੇ ਪਾਸ ਆਊਟ ਵੀ ਹੋ ਗਿਆ ਅਸੀਂ ਪਾਸ ਆਊਟ ਵਾਲੇ ਨੂੰ ਵੀ ਭੰਗੜਾ ਪਾਸ ਆਊਟ ਵਾਲੇ ਨੂੰ ਬੁਲਾਓ ਹੈਲੋ ਦਕਾਰਾ ਅਤੇ ਹੁਣ ਤਾਂ ਮੈਂ ਪਾਸ ਆਊਟ ਹੋ ਚੁੱਕੀ ਹਾਂ ਪਹਿਲਾਂ ਮਤਲਬ ਮੈਂ ਵਾਈਸ ਪ੍ਰੈਜ਼ੀਡੈਂਟ ਰਹੀ ਹਾਂ ਕੋਨਸਟੋਗਾ ਪੰਜਾਬੀ ਵੀ ਇਸ ਲਈ ਉਹ ਕੀ ਬਾਤ ਹੈ ਵਾਈਸ ਪ੍ਰੈਜ਼ੀਡੈਂਟ ਅਤੇ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਭੰਗੜੇ ਤੋਂ ਨਾਚ ਤੋਂ ਬਹੁਤ ਜ਼ਿਆਦਾ ਲਗਾਵਾ ਬਹੁਤ ਅੱਛਾ ਇਹ ਟੈਟੂ ਕਿਹੜਾ ਬਣਾਇਆ ਹੋਇਆ ਤੁਸੀਂ ਪਹਿਲਾਂ ਭੰਗੜਾ ਵਾਹ ਕਿਉਂਕਿ ਇਹ ਮੇਰੀ ਜਿੰਦ ਜਾਨ ਆ ਇਹ ਮੇਰੀ ਮਤਲਬ ਮੌਤ ਤੱਕ ਮੇਰੇ ਨਾਲ ਜਾਊਗਾ ਉਸ ਤੋਂ ਬਾਅਦ ਵੀ ਸ਼ਾਇਦ ਨਾਲ ਹੀ ਰਹਿਣਾ ਆ ਅਤੇ ਤਰਨ ਨਾਲ ਆਫਕੋਰਸ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ ਬਹੁਤ ਜ਼ਿਆਦਾ ਸਪੋਰਟਿਵ ਨੇ ਇਹ ਤੋਂ ਪਹਿਲਾਂ ਵੀ ਜੋ ਵੀ ਸੀਗੇ ਸਾਰੇ ਬਹੁਤ ਸਪੋਰਟਿਵ ਸੀਗੇ ਅਤੇ ਭੰਗੜਾ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਨੇ ਹਾਂ ਬਿਲਕੁਲ ਦੇਖੋ ਅਤੇ ਮੈਂ ਪਾਸ ਆਊਟ ਹੋ ਚੁੱਕੀ ਹਾਂ ਪਰ ਫਿਰ ਵੀ ਮੈਂ ਛੱਡ ਨਹੀਂ ਸਕਦੀ ਚੀਜ਼ ਨੂੰ ਕਦੇ ਵੀ ਨਹੀਂ ਛੱਡ ਸਕੂੰਗੀ ਵੈਸੇ ਅਤੇ ਮੇਰਾ ਇੱਥੇ ਕੋਨਸਟੋਗਾ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਪ੍ਰੋਫੈਸਰ ਤੁਹਾਡਾ ਕੋਰਸ ਕਿਹੜਾ ਸੀਗਾ ਮੇਰਾ ਵੈਬ ਡਿਜ਼ਾਈਨਿੰਗ ਐਂਡ ਡਿਵੈਲਪਮੈਂਟ ਸੀ ਮੇਰੀ ਕੱਲ੍ਹ ਕਨਵੋਕੇਸ਼ਨ ਆ ਓ ਤੁਹਾਡੀ ਕੱਲ੍ਹ ਕਨਵੋਕੇਸ਼ਨ ਆ ਗਈ ਅਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮੈਂ ਇੱਥੇ ਆਈ ਕੋਨਸਟੋਗਾ 'ਚ ਆਈ ਕਿਚਨਰ 'ਚ ਆਈ ਸਪੈਸ਼ਲੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਕਿਚਨਰ ਦੇ ਵਿੱਚ ਆ ਕੇ ਕੋਈ ਜੋਬ ਦਾ ਪਰਸਪੈਕਟਿਵ ਕੀ ਹੈ ਹਾਂਜੀ ਜੋਬ ਦਾ ਇਹ ਆ ਕਿ ਆਪਾਂ ਅਪਲਾਈ
ਤੇ ਇੰਟਰਵਿਊਸ ਲਈ ਕਾਲਸ ਆ ਜਾਂਦੀਆਂ ਨੇ ਤੇ ਫਿਰ ਆਪਾਂ ਤੋਂ ਸ਼ਾਇਦ ਹੋਰ ਵੀ ਬਹੁਤ ਜ਼ਿਆਦਾ ਵਧੀਆ ਪਹਿਲਾ ਐਕਸਪੀਰੀਅੰਸ ਹੈਗਾ ਤੁਹਾਨੂੰ ਵੈਬ ਡਿਜ਼ਾਈਨਿੰਗ 'ਚ ਕੋਈ ਪਹਿਲਾਂ ਮੈਨੂੰ ਉੱਧਰ ਦੇ ਉੱਧਰ ਮੇਰਾ ਕੋਆਰਡੀਨੇਟਰ ਦਾ ਐਕਸਪੀਰੀਅੰਸ ਆ ਓਕੇ ਇੰਡੀਆ ਦੇ ਵਿੱਚ ਪਰ ਇੱਥੇ ਮੇਰਾ ਕੋਈ ਐਕਸਪੀਰੀਅੰਸ ਨਹੀਂ ਇੱਥੇ ਤਾਂ ਮੈਂ ਰੈਸਟੋਰੈਂਟ ਦੇ ਵਿੱਚ ਹੀ ਜੌਬ ਕਰਦੀ ਹਾਂ ਅੱਛਾ ਤੇ ਉੱਥੇ ਇੱਥੇ ਕੰਮ ਦਾ ਵੀ ਬਹੁਤ ਵਧੀਆ ਐਕਸਪੀਰੀਅੰਸ ਆ ਮੇਰਾ ਇਹੋ ਜਿਹੀ ਕੋਈ ਗੱਲ ਨਹੀਂ ਗੀ ਤੇ ਮੈਂ ਸਾਰਿਆਂ ਨੂੰ ਸੁਜੈਸਟ ਕਰਦੀ ਹਾਂ ਕਿ ਆਪਾਂ ਇੱਕ ਹੋੜ ਦੇ ਵਿੱਚ ਲੱਗੇ ਹੋਏ ਹਾਂ ਕਿ ਉੱਥੇ ਜਾਣਾ ਪਰ ਇਹੋ ਜਿਹੀ ਕੋਈ ਗੱਲ ਨਹੀਂ ਆਪਾਂ ਜਿੱਥੇ ਵੀ ਜਾਈਏ ਉੱਥੇ ਆਪ ਕੰਮ ਲੱਭ ਸਕਦੇ ਹਾਂ ਆਪ ਆਪਣੀ ਸਟੱਡੀ ਨੂੰ ਕੰਟੀਨਿਊ ਕਰ ਸਕਦੇ ਹਾਂ ਆਪਣੇ ਪੈਸ਼ਨ ਨੂੰ ਕੰਟੀਨਿਊ ਕਰ ਸਕਦੇ ਹਾਂ ਇਹੋ ਜਿਹੀ ਕੋਈ ਗੱਲ ਨਹੀਂ ਤੁਸੀਂ ਬੈਚਲਰਸ ਤੋਂ ਬਾਅਦ ਆਏ ਸੀਗੇ ਜਾਂ ਮੈਂ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਉੱਧਰ ਮਾਸਟਰਸ ਤੋਂ ਬਾਅਦ ਯਾ ਓਕੇ ਫਿਰ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਸੀਗਾ ਤੁਸੀਂ ਹਾਂਜੀ ਮੇਰਾ ਪੋਸਟ ਗ੍ਰੈਜੂਏਟ ਡਿਪਲੋਮਾ ਵੈਬ ਡਿਜ਼ਾਈਨਿੰਗ ਦਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਆ ਬਾਈ ਥੋੜਾ ਜਿਹਾ ਖੁਸ਼ ਹੋ ਰਿਹਾ ਇੱਧਰ ਬਾਈ ਆਪਾਂ ਇਹਦੇ ਨਾਲ ਗੱਲ ਕੀ ਨਾਮ ਹੈ ਬ੍ਰਦਰ ਮੇਰਾ ਨਾਮ ਗੁਰਮੇਕ ਸਿੰਘ ਗੁਰਮੇਕ ਸਿੰਘ ਹਾਂਜੀ ਤੇ ਮੇਰਾ ਵੈਬ ਡਿਜ਼ਾਈਨਿੰਗ ਦਾ ਕੋਰਸ ਹੈ ਅਸੀਂ ਹੁਣੇ ਹੁਣੇ ਆਇਆ ਮਹੀਨਾ ਡੇਢ ਹੀ ਹੋਇਆ ਅੱਛਾ ਕੀ ਫਿਰ ਕਿਵੇਂ ਚੱਲ ਰਿਹਾ ਐਕਸਪੀਰੀਅੰਸ ਤੁਹਾਡਾ ਕੈਨੇਡਾ ਕਿਵੇਂ ਲੱਗਿਆ ਪਹਿਲਾਂ ਤਾਂ ਇਹ ਦੱਸੋ ਤੁਹਾਨੂੰ ਕੈਨੇਡਾ ਭਾਈ ਵਧੀਆ ਲੱਗਿਆ ਇੱਥੇ ਵਿੰਟਰਸ ਕਿਵੇਂ ਲੱਗੀਆਂ ਅੱਛਾ ਕੰਮ ਵਾਲੇ ਲੱਭ ਰਹੇ ਹਾਂਜੀ ਹਾਂਜੀ ਅਜੇ ਹੁਣੀ 2 ਮਹੀਨੇ ਹੋਏ ਨੇ ਆਇਆ ਅੱਛਾ ਤੇ ਕੰਮ ਕੁੰਮ ਦੇਖਦੇ ਪਏ ਕੰਮ ਕੁੰਮ ਦਾ ਬੜੇ ਨਿਕਲ ਤੇ ਭੰਗੜਾ ਵਗੈਰਾ ਤਾਂ ਸਾਨੂੰ ਸ਼ੁਰੂ ਤੋਂ ਮੈਨੂੰ ਬੜਾ ਪਸੰਦ ਹੈ ਮੈਂ ਜਦੋਂ ਕਾਲਜ ਟਾਈਮ ਸੀ ਉਦੋਂ ਵੀ ਮੈਂ ਕਰਦਾ ਰਿਹਾ ਸੀ ਤੇ ਚਾਰ ਮੇਰੀ ਬੀਟੈਕ ਕੀਤੀ ਹੈ ਤੇ 4 ਸਾਲ ਸੀ ਅਸੀਂ ਤੇ ਉਦੋਂ ਵੀ ਕਾਫੀ ਮਤਲਬ ਭੰਗੜਾ ਵਗੈਰਾ ਅਸੀਂ ਕਰਦੇ ਰਹੇ ਓਕੇ ਤੇ ਤਾਂ ਹੀ ਮੈਨੂੰ ਸੀਗਾ ਇੱਥੇ ਆ ਕੇ ਮੈਨੂੰ ਇੱਕ ਮੈਨੂੰ ਸ਼ੌਂਕ ਹੁੰਦਾ ਕਰਨ ਦਾ ਤੇ ਮੈਨੂੰ ਸੀ ਮਿਲ ਜਾਣ ਜਿਹਨੂੰ ਭੰਗੜੇ ਮੁੰਡੇ ਵਾਲੇ ਇੱਥੇ ਉਹ ਪਾਈ ਦੋ ਪੇਜ ਉਹ ਦੇਖਿਆ ਤਾਂ ਮੈਨੂੰ ਮੈਂ ਕਿਹਾ ਚਲੋ ਕੋਰਸ ਠੀਕ ਹੈ ਸੌਖਾ ਹੈ ਜਾਂ ਔਖਾ ਹੈ ਵੈਬ ਡਿਜ਼ਾਈਨਿੰਗ ਡੇਢ ਕੁ ਮਹੀਨਾ ਹੀ ਹੋਇਆ ਹੈ ਤੇ ਮੈਨੂੰ ਠੀਕ ਲੱਗਿਆ ਮੈਨੂੰ ਠੀਕ ਲੱਗ ਰਿਹਾ ਲੱਗਿਆ ਨਹੀਂ ਔਖਾ ਬਾਕੀ ਦੇਖੋ ਅੱਗੇ ਅੱਗੇ ਲੱਗ ਜੂ ਪਤਾ ਗੁੱਡ ਲੱਕ ਬਾਈ ਠੀਕ ਹੈ ਹਾਂਜੀ ਬਾਈ ਕੀ ਹਾਲ ਚਾਲ ਵਧੀਆ ਵੀਰੇ ਵਧੀਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਵੀਰ ਰਾਜਵੀਰ ਕਿੰਨਾ ਮੈਂ ਤਾਂ ਆਪ ਬਲੌਗਰ ਵੀ ਹੈਗਾ ਮੈਂ ਫੂਡ ਬਲੌਗਰ ਉਹ ਫੂਡ ਬਲੌਗਰ ਕਿਸ ਨਾਮ ਤੇ ਚੈਨਲ ਹੈ ਮੇਰਾ ਫਲੇਵਰ ਅਪਡੇਟ ਫਲੇਵਰ ਅਪਡੇਟ ਫਲੇਵਰ ਅਪਡੇਟ ਬਾਈ ਚੈਨਲ ਹੈ ਭਾਜੀ ਦਾ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਯੂਟਿਊਬ ਚੈਨਲ ਹੈ ਤੇ ਮੇਰਾ ਹੈਗਾ ਇੰਸਟਾਗ੍ਰਾਮ ਤੇ ਮੈਂ ਤੁਹਾਨੂੰ ਵੀ ਕਰਦਾ ਫੋਲੋ ਅਬਾਊਟ ਤੁਸੀਂ ਅਬਾਊਟ ਦਾ ਵੌਇਸ ਨਾਲ ਤੁਸੀਂ ਮਿਲ ਜਾਂਦੇ ਹੁੰਦੇ ਹੋ ਐਡਾ ਮੈਨੂੰ ਪਤਾ ਥੈਂਕ ਯੂ ਬ੍ਰੋ ਥੈਂਕ ਯੂ ਬਹੁਤ ਵਧੀਆ ਵੌਇਸ ਉਹਨਾਂ ਦੀ ਤੁਹਾਨੂੰ ਗਿਟਾਰ ਬਹੁਤ ਵਧੀਆ ਥੈਂਕ ਯੂ ਸੇ ਕਰਦੇ ਹੋ ਸੇ ਤੇ ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਹੋ ਐਕਸਪੀਰੀਅੰਸ ਮੈਂ ਤਾਂ ਹੁਣੇ ਆਇਆ ਵੀਰੇ ਮੈਂ ਤਾਂ ਜੈਨ ਇਨਟੇਕ ਹੀ ਆ ਅੱਛਾ ਸਾਰੇ ਤੁਸੀਂ ਹੁਣੇ ਆਏ ਲੱਗਦੇ ਨਹੀਂ ਸਾਰੇ ਨਹੀਂ ਉਹ ਤੇ ਮੇਰਾ ਦੋਸਤ ਸੀ ਇਕੱਠੇ ਆਏ ਆ ਓਕੇ ਓਕੇ ਅਸੀਂ ਪਹਿਲੇ ਦੱਸਿਆ ਉਹਨੂੰ ਠੀਕ ਹੈ ਇਕੱਠੇ ਆਏ ਆ ਤੇ ਬਾਕੀ ਜੌਬ ਲੱਭ ਰਹੇ ਆ ਕੰਮ ਵਗੈਰਾ ਲੱਭ ਰਹੇ ਆ ਬਾਕੀ ਬਲੌਗਿੰਗ ਕਰ ਰਹੇ ਆ ਆਪਣੀ ਬਲੌਗਿੰਗ ਚਲੋ ਵਧੀਆ ਜੀ ਚਲੋ ਤੁਹਾਡੀ ਹੁਣ ਪ੍ਰੈਕਟਿਸ ਕਰਨੀ ਤੁਸੀਂ ਬਾਕੀ ਜਿਹੜੇ ਭੰਗੜੇ ਨੂੰ ਬਹੁਤ ਪਿਆਰ ਕਰਦੇ ਆ ਸਾਨੂੰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਸਾਡਾ ਇੰਸਟਾਗ੍ਰਾਮ 'ਤੇ ਵੀ ਪੇਜ ਹੈ ਅਤੇ ਫੇਸਬੁੱਕ 'ਤੇ ਵੀ ਕੋਨੇਸਟੋਗਾ ਪੰਜਾਬੀ ਬੀਟਸ ਠੀਕ ਹੈ ਤੁਸੀਂ ਯੂਟਿਊਬ 'ਤੇ ਵੀ ਸਾਡੀ ਵੀਡੀਓ ਸਰਚ ਕਰ ਸਕਦੇ ਹੋ ਕੋਨੇਸਟੋਗਾ ਪੰਜਾਬੀ ਬੀਟਸ ਦੇ ਨਾਮ ਨਾਲ ਠੀਕ ਹੈ ਤੁਹਾਨੂੰ ਬਹੁਤ ਵਧੀਆ ਵਧੀਆ ਵੀਡੀਓਜ਼ ਮਿਲਣਗੀਆਂ ਸਾਨੂੰ ਫੋਲੋ ਕਰੋ ਇੱਦਾਂ ਹੀ ਸਾਨੂੰ ਪ੍ਰਮੋਟ ਕਰੋ ਠੀਕ ਹੈ ਅਤੇ ਸਾਨੂੰ ਸਪੋਰਟ ਕਰੋ ਠੀਕ ਹੈ ਤੁਹਾਡੇ ਲਈ ਅਸੀਂ ਭੰਗੜਾ ਕਰਦੇ ਹਾਂ ਹਮੇਸ਼ਾ ਥੈਂਕ ਯੂ ਸੋ ਹੁਣ ਬਾਈ ਪ੍ਰੈਕਟਿਸ ਚੱਲ ਰਹੀ ਹੈ ਫਿਲਹਾਲ ਇਹਨਾਂ ਦੀ ਉਸ ਤੋਂ ਬਾਅਦ ਉੱਧਰ ਇੱਕ ਆਡੀਟੋਰੀਅਮ ਹੈ ਜਿੱਥੇ ਇਹਨਾਂ ਨੇ ਪਰਫਾਰਮ ਕਰਨਾ ਕਾਈਂਡ ਆਫ ਫਲੈਸ਼ ਮੋਬ ਪ੍ਰੈਕਟਿਸ ਹੋ ਚੁੱਕੀ ਹੈ ਬਾਈ ਸਾਰਿਆਂ ਦੀ ਅਤੇ ਹੁਣ ਮੇਨ ਪਰਫੋਰਮੈਂਸ ਹੈ ਇਹਨਾਂ ਦੀ ਸੋ ਹੁਣ ਆਪਾਂ ਉੱਥੇ ਜਾ ਰਹੇ ਹਾਂ